ਮਾਨ ਸਾਹਿਬ ਕਿਸੇ ਗਰੀਬ ਬੰਦੇ ਦਾ ਪੁੱਤਰ ਪੜ੍ਹ ਲਿਖ ਗਿਆ, ਉਹ ਹੁਣ ਗਿਆ ਇਲਾਕੇ ਦੇ ਸਿਰਦਾਰ ਬੰਦੇ ਕੋਲ, ਉਹ ਸਕਿਆ ਗੱਲ ਨੀ ਮੇਰਾ ਪੁੱਤਰ ਪੜ ਗਿਆ ਤੇ ਤੁਹਾਡਾ ਹੱਥ ਪੰਪ ਦਾ ਕੋਈ ਨੌਕਰੀ ਲਵਾ ਛੱਡੋ। ਉਸ ਮਹੀਨੇ ਦਾ ਟਾਈਮ ਲਾਏ ਕੇ ਤੇ ਉਸ ਕੋਲੋਂ ਮਹੀਨਾ ਪੂਰੇ ਕੰਮ ਕਰਾਏ। ਇਸੇ ਤਰ੍ਹਾਂ ਮੁਸਲਸਲ ਉਹ ਛੇ ਮਹੀਨੇ ਜਾਂਦਾ ਰਿਹਾ, ਉਹ ਕਾਰੇ ਕਰਿੰਦਾ ਰਿਹਾ। ਇੱਕ ਦੀ ਬਾਹਰੋਂ ਵੱਧ ਨਾ ਧੋ ਕੇ ਜਾਵਣ ਲੱਗੋ ਤੇ ਪੁੱਤਰ ਪੁੱਛਿਆ, ਆਪੂ ਜੀ ਕਿਹਦੇ ਜਾਊ? ਉਹ ਸਕਿਆ ਪੁੱਤਰਾ ਤੇਰੀ ਨੌਕਰੀ ਵਾਸਤੇ ਜਾਊਆ। ਉਹ ਸਕਿਆ ਅੱਜ ਤੂੰ ਨਾ ਜਾ, ਅੱਜ ਮੈਨੂੰ ਜਾਵਣ ਦੇ, ਲਤੀਫੇ ਦੇ ਤਵੱਜੋ। ਉਹਦਾ ਪੁੱਤਰ ਗਿਆ, ਇਹਨੇ ਠੀਕ ਕਰ, ਉਹਦਾ ਪੁੱਤਰ ਗਿਆ ਜੀ ਉਸ ਬੰਦੇ ਕੋਲ, ਉਸ ਸਕਿਆ ਮੇਰੇ ਪਿਓ ਦੀ ਤਾਂ ਜੁੱਤੀ ਤਰੋਟ ਗਈ ਹੈ, ਇਹ ਖਾਨ ਤਹਿਰ ਖਾਨ ਬਲੋਸ਼ ਹੈ। ਉਹ ਸਕਿਆ ਮੇਰੇ ਪਿਓ ਦੀ ਜੁੱਤੀ ਤਰੋਟ ਗਈ ਹੈ, ਨੌਕਰੀ ਦੇਣ ਦਿਓ ਤੇ ਦਿਓ ਨਹੀਂ ਤੇ ਜਵਾਬ ਦਿਓ। ਉਹ ਸਕਿਆ ਯਾਰ ਗੱਲ ਹੁਣ ਖੜੀਂਦੀ ਪਈ, ਉਸੇ ਕਾਰਡ ਲਿਖ ਦਿੱਤਾ, ਉਸ ਅੱਗੇ ਲਗਾਵਾਂ ਫਲਾਣੇ ਮੈਨੇਜਰ ਕੋਲ, ਉਸ ਨੂੰ ਇਹ ਕਾਰਡ ਵਿਖਾਈ ਤੇ ਉਹਨੂੰ ਨੌਕਰੀ ਤੇ ਰੱਖ ਲਏ ਸੀ। ਉਹਨੂੰ ਕਾਰਡ ਦੇ ਕੇ ਉੱਤੇ ਤੋਰੇ ਉਸ ਮੈਨੇਜਰ ਨੂੰ ਫੋਨ ਕਰ ਛੱਡਿਓ, ਭਾਈ ਮਿਰਾਸੀ ਦਾ ਪੁੱਤਰ ਅਮਦਾ ਭੇਜ ਤੇ ਇਹਨੂੰ ਕੋਈ ਚਾਰ ਪੰਜ ਸਵਾਲ ਔਖੇ ਔਖੇ ਕਰੇ, ਇਹਨੂੰ ਸਵਾਲ ਨਾ ਫਿਰ ਮੇਰੀ ਜੇਨ ਛੁੱਟ ਵੈ ਸੀ। ਜਿਸ ਵੇਲੇ ਉਹਦਾ ਪੁੱਤਰ ਗਿਆ ਨਾ ਮੈਨੇਜਰ ਕੋਲ, ਉਸ ਕਾਰਡ ਵਿਖਾਇਆ, ਸਕਿਆ ਪੁੱਤਰਾ ਨੌਕਰੀ ਤੇ ਤੈਨੂੰ ਜ਼ਰੂਰ ਰੱਖਣਾ, ਲੇਕਿਨ ਕੋਈ ਤਰਾਇਕ ਸਵਾਲ ਇਹਨੂੰ ਆਉਂਦੇ ਜਵਾਬ ਦੇ। ਉਹ ਸਕਿਆ ਜੀ ਹੁਕਮ ਕਰੋ ਜੀ, ਲਤੀਫੇ ਤੇ ਤਵੱਜੋ। ਉਹ ਸਕਿਆ ਪਹਿਲਾ ਸਵਾਲ ਇਹ ਵੀ ਮੇਰਾ ਪੁੱਤਰ ਇਹ ਦੱਸ ਪਾਣੀ ਚ ਕਿਹੜੀ ਚੀਜ਼ ਤੇਜ਼ ਚੱਲਦੀ ਹੈ? ਉਹ ਸਕਿਆ ਜੀ ਕਸ਼ਤੀ। ਉਹ ਸਕਿਆ ਤੇਰਾ ਸਵਾਲ ਗਲਤ, ਤੋਂ ਇਹ ਨਹੀਂ ਦੱਸਿਆ ਵੀ ਕਸ਼ਤੀ ਲੋਹੇ ਦੀ ਹੈ, ਕਸ਼ਤੀ ਲੱਕੜ ਦੀ ਹੈ। ਦੂਆ ਸਵਾਲ ਉਹ ਸਕਿਆ ਇਹ ਦੱਸ ਵੀ ਹਵਾ ਚ ਕਿਹੜੀ ਚੀਜ਼ ਤੇਜ਼ ਚੱਲਦੀ ਹੈ? ਉਹ ਸਕਿਆ ਜਹਾਜ਼। ਉਹ ਸਕਿਆ ਤੇਰਾ ਸਵਾਲ ਗਲਤ, ਤੋਂ ਇਹ ਨਹੀਂ ਦੱਸਿਆ ਜੰਗੀ ਜਹਾਜ਼ ਹੈ ਜਾਂ ਸਵਾਰੀਆਂ ਵਾਲਾ। ਤੀਆ ਸਵਾਲ ਉਸ ਕੀਤਾ ਇਹ ਦੱਸ ਮੇਰਾ ਪੁੱਤਰ ਵਜ਼ਨ ਦਿੱਤਿਆ ਤੱਲੇ ਕਿਹੜੀ ਚੀਜ਼ ਢੇਰ ਹਿੰਗਦੀ ਹੈ? ਉਹ ਸਕਿਆ ਖੋਤੀ। ਉਹ ਸਕਿਆ ਤੇਰਾ ਸਵਾਲ ਗਲਤ, ਤੋਂ ਇਹ ਨਹੀਂ ਦੱਸਿਆ ਵੀ ਖੋਤੀ ਚਿੱਟੇ ਰੰਗ ਦੀ ਹੈ, ਖੋਤੀ ਕਾਲੇ ਰੰਗ ਦੀ ਹੈ? ਚੌਥਾ ਸਵਾਲ ਕਰਨ ਲੱਗਾ ਮਿਰਾਸੀ ਦੇ ਪੁੱਤਰ, ਆਖਿਆ ਸਾਹਿਬ ਜੀ ਨੌਕਰੀ ਨੂੰ ਛੱਡੋ, ਇੱਕ ਸਵਾਲ ਮੇਰਾ ਹੀ ਹੈ। ਉਹ ਸਕਿਆ ਹੁਕਮ ਕਰੋ ਮਾਰ ਰਫੀਕ। ਉਹ ਸਕਿਆ ਮੈਨੇਜਰ ਸਾਹਿਬ ਇਹ ਦੱਸੋ ਬਈ ਔਰਤ ਦੇ ਪੱਟਾਂ ਦੇ ਵਿਚਕਾਰ ਕਿਹੜੀ ਚੀਜ਼ ਹੁੰਦੀ ਹੈ? ਮੈਨੇਜਰ ਆਖੇ ਤੇ ਸਵਾਲ ਹੀ ਬੜਾ ਸੌਖਾ ਹੈ, ਫੁੱਦੀ। ਉਹ ਸਕਿਆ ਤੇਰਾ ਸਵਾਲ ਗਲਤ, ਤੋਂ ਇਹ ਨਹੀਂ ਦੱਸਿਆ ਗੱਲਾਂ ਵਾਲੇ ਦੀ ਭੈਣ ਦੀ ਫੁੱਦੀ ਹੈ ਜਾਂ ਤੇਰੀ ਭੈਣ ਦੀ ਫੁੱਦੀ ਹੈ?